ਅਮਰੀਕਾ ਦੇ ਵਸਨੀਕ ਹੋ, ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਹੋ, ਕਿ ਇੱਦਾਂ ਦੇ ਜੇ ਦੇਖਿਆ ਸਿੱਖਾਂ ਦੇ ਉੱਪਰ ਜਿਹੜੇ ਇੰਨੇ ਹਮਲੇ ਹੋ ਰਹੇ ਨੇ, ਕਿ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿੱਦਾਂ ਦੇ ਕਦਮ ਚੁੱਕੇ ਜਾ ਰਹੇ ਨੇ? ਜਿਹੜੇ ਅਮਰੀਕਾ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ ਹੋਏ ਆ, ਉਹਦੇ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਉੱਥੇ ਅਹੁਦੇਦਾਰ ਆ, ਵਰਕਰ ਆ, ਉਹ ਉੱਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਮਿਲ ਕੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਹਮਲਿਆਂ ਬਾਰੇ ਉਹਨਾਂ ਨੂੰ ਸੁਚੇਤ ਕੀਤਾ ਜਾਵੇ, ਦੱਸਿਆ ਜਾਵੇ। ਕਈ ਹਮਲੇ ਇਹੋ ਜਿਹੇ ਬਹੁਤੇ ਲੋਕ ਕਰਦੇ ਆ ਜਿਨ੍ਹਾਂ ਨੂੰ ਸਾਡੀ ਪਛਾਣ ਦਾ ਨਹੀਂ ਹੈਗਾ, ਪਤਾ ਉੱਥੇ ਲੋਕਾਂ ਦੇ ਵਿੱਚ ਭੁਲੇਖਾ ਪਾਇਆ ਜਾਂਦਾ। ਉਹ ਲੋਕ ਜਿਹੜੇ ਨਾ ਤਾਂ ਅਖਬਾਰਾਂ ਪੜ੍ਹਦੇ, ਨਾ ਟੀ ਵੀ ਦੇਖਦੇ ਆ, ਨਾ ਉਹਨਾਂ ਨੂੰ ਕਿਸੇ ਹੋਰ ਕੌਮ ਦੀ ਜਾਂ ਧਰਮ ਦੀ ਹਿਸਟਰੀ ਦਾ ਪਤਾ ਆ, ਉਹ ਸਾਡੀਆਂ ਸ਼ਕਲਾਂ ਕਿਉਂਕਿ ਤਾਲਿਬਾਨ ਦੇ ਨਾਲ ਮਿਲਦੀਆਂ ਜੁਲਦੀਆਂ ਹੋਣ ਦੇ ਕਰਕੇ ਉਹ ਸਾਨੂੰ ਵੀ ਤਾਲਿਬਾਨ ਸਮਝਦੇ ਆ, ਅਤੇ ਉਹ ਤਾਲਿਬਾਨ ਸਮਝ ਕੇ ਹੀ ਸਾਡੇ ਉੱਤੇ ਹਮਲੇ ਕਰਦੇ ਆ। ਅਤੇ ਜਿਹੜੀ ਅਮੈਰੀਕਾ ਦੀ ਐਡਮਿਨਿਸਟ੍ਰੇਸ਼ਨ ਆ ਉਹ ਸਾਨੂੰ ਸਹਿਯੋਗ ਦਿੰਦੀ ਆ ਪੂਰੀ ਤਰ੍ਹਾਂ, ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਮੁਲਕ ਦੇ ਵਿੱਚ ਅਮਨ ਪਸੰਦ ਲੋਕਾਂ ਦੇ ਉੱਤੇ ਕੋਈ ਹਮਲਾ ਹੋਵੇ। ਜਿੱਥੇ ਕਿਤੇ ਕੋਈ ਹਮਲੇ ਹੋਏ ਆ, ਜਿਹੜੇ ਬੰਦੇ ਫੜੇ ਗਏ ਆ ਉਹਨਾਂ ਨੂੰ ਬਹੁਤ ਵੱਡੀਆਂ ਸਜ਼ਾਵਾਂ ਵੀ ਦਿੱਤੀਆਂ ਗਈਆਂ, ਔਰ ਗਾਂਹ ਵਾਸਤੇ ਰੋਕਣ ਦੇ ਲਈ ਉਹਨਾਂ ਨੇ ਜ਼ਰੂਰੀ ਕਦਮ ਵੀ ਚੁੱਕੇ ਆ। ਸਾਰੀਆਂ ਦੀ ਸਲਾਹ ਪੁੱਛਦੇ ਆ ਸਿੱਖ ਸੰਸਥਾਵਾਂ ਦੀ, ਅਤੇ ਉਹਨਾਂ ਵੱਲੋਂ ਜੋ ਉਹਨਾਂ ਨੂੰ ਚੰਗੇ ਸੁਝਾਅ ਦਿੱਤੇ ਜਾਂਦੇ ਆ ਉਹਦੇ ਉੱਤੇ ਉਹ ਅਮਲ ਕਰਦੇ। ਜਿਸ ਤਰ੍ਹਾਂ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਜਿਹੜਾ ਦਿਨੋ ਦਿਨ ਗਿਰਦਾ ਜਾ ਰਿਹਾ, ਜਿਵੇਂ ਤੁਸੀਂ ਦੇਖਿਆ ਟਕਸਾਲੀ ਆਗੂ ਆਪਣਾ ਅਲੱਗ ਹੋ ਗਏ, ਹੁਣ ਕੀ ਇੱਦਾਂ ਦਾ ਮੈਂ ਤੁਹਾਡੀ ਕੰਟਰੀ ਦੇ ਵਿੱਚ ਹੈਗਾ ਕਿ ਵੀ ਜਿਹੜਾ ਅਕਾਲੀ ਦਲ ਹੈ ਇੱਕ ਉੱਥੇ ਵੀ ਜਿਹੜਾ ਦੋ ਫਾੜ ਹੁੰਦਾ ਨਜ਼ਰ ਆ ਰਿਹਾ ਵੀ ਇਸ ਤਰ੍ਹਾਂ? ਮੇਰੇ ਖਿਆਲ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਟਕਸਾਲੀ ਕਹਿੰਦੇ ਆ ਇਹ ਕੋਈ ਉਹਨਾਂ ਨੇ ਬਹੁਤਾ ਚੰਗਾ ਕਦਮ ਨਹੀਂ ਚੁੱਕਿਆ। ਮੇਰੇ ਖਿਆਲ ਦੇ ਵਿੱਚ ਇਹ ਆ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਕਾਂਗਰਸ ਨੇ ਖਰੀਦਿਆ, ਕਾਂਗਰਸ ਨੇ ਅਪਰੋਚ ਕੀਤੀ ਆ। ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ ਉਹ ਅਕਾਲੀ ਦਲ ਦੇ ਵਫ਼ਾਦਾਰ ਆ, ਇਹ ਉਹ ਵਿਅਕਤੀ ਆ ਆਪਣੇ ਆਪ ਨੂੰ ਟਕਸਾਲੀ ਆ ਖਵਾਉਣ ਵਾਲੇ। ਬ੍ਰਹਮਪੁਰਾ ਸਾਹਿਬ ਜਿਹੜੇ ਉਹਨਾਂ ਦੇ ਪ੍ਰਧਾਨ ਬਣੇ ਆ, ਜਦੋਂ ਬਰਗਾੜੀ ਕਾਂਡ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਅਡੋਪਟਡ ਸਨ ਨੂੰ ਇਲੈਕਸ਼ਨ ਲੜਾਈ ਖਡੂਰ ਸਾਹਿਬ ਤੋਂ, ਉਹ ਰਵਿੰਦਰ ਬ੍ਰਹਮਪੁਰਾ ਬਹੁਤ ਵੋਟਾਂ ਦੇ ਨਾਲ ਜਿੱਤਿਆ, ਉਹ ਤੋਂ ਬਾਅਦ ਉਹ ਭੰਗੜੇ ਪਾਉਂਦਾ ਸੀ। ਲੇਕਿਨ ਹੁਣ ਜਦੋਂ ਅਕਾਲੀ ਦਲ ਦਾ ਰਾਜ ਭਾਗ ਚਲੇ ਗਿਆ ਅਤੇ ਹੁਣ ਬ੍ਰਹਮਪੁਰਾ ਸਾਹਿਬ ਨੂੰ ਬਰਗਾੜੀ ਕਾਂਡ ਚੇਤੇ ਆ ਗਿਆ, ਸੇਵਾ ਸਿੰਘ ਸੇਖਵਾਂ ਨੂੰ ਚੇਤੇ ਆ ਗਿਆ, ਜਿਨ੍ਹਾਂ ਨੇ ਪਹਿਲਾਂ ਸਰਕਾਰਾਂ ਦੇ 10 ਸਾਲ ਸੁੱਖ ਭੋਗੇ ਆ, ਉਹ ਹੁਣ ਅੱਜ ਆਪਣੇ ਆਪ ਨੂੰ ਟਕਸਾਲੀ ਬਣਾਉਂਦੇ ਫਿਰਦੇ ਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਵੀਰ ਦਵਿੰਦਰ ਸਿੰਘ ਨੂੰ ਉਹਨਾਂ ਨੇ ਆਪਣਾ ਉਮੀਦਵਾਰ ਐਲਾਨਿਆ ਹੈਗਾ ਅਨੰਦਪੁਰ ਸਾਹਿਬ ਪਾਰਲੀਮੈਂਟ ਹਲਕੇ ਤੋਂ। 1977 'ਚ ਵੀਰ ਦਵਿੰਦਰ ਸਿੰਘ ਅਕਾਲੀ ਦਲ ਤੋਂ ਬਗਾਵਤ ਕਰਕੇ ਕਾਂਗਰਸ ਵਿੱਚ ਚਲੇ ਗਏ, ਉਹਨਾਂ ਨੇ ਇਲੈਕਸ਼ਨ ਲੜੀ, MLA ਵੀ ਬਣੇ ਕਾਂਗਰਸ ਵੱਲੋਂ, ਡਿਪਟੀ ਸਪੀਕਰ ਵੀ ਬਣੇ। ਜਿਹੜਾ ਬੰਦਾ 42 ਸਾਲ ਕਾਂਗਰਸ ਦੇ ਵਿੱਚ ਰਿਹਾ ਹੋਵੇ ਅਤੇ ਅੱਜ ਉਹ ਆਪਣੇ ਆਪ ਨੂੰ ਟਕਸਾਲੀ ਅਕਾਲੀ ਕਹਾਉਣ ਦਾ ਦਾਅਵਾ ਕਰੇ, ਮੈਂ ਸਮਝਦਾ ਇਸ ਤੋਂ ਵੱਡਾ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਹੋਰ ਕਿਹੜਾ ਉਹਦੇ ਕੋਲ ਫਾਰਮੂਲਾ ਹੋ ਸਕਦਾ? ਕੋਈ ਟਕਸਾਲੀ ਨਹੀਂ ਹੈਗੇ, ਇਹ ਮੌਕਾ ਪ੍ਰਾਪਤ ਲੋਕ ਆ ਕਾਂਗਰਸ ਦੇ ਇਸ਼ਾਰੇ ਦੇ ਉੱਤੇ, ਕਾਂਗਰਸ ਵੱਲੋਂ ਪੈਸਿਆਂ ਦੇ ਨਾਲ ਜਾਂ ਕੋਈ ਅਹੁਦੇਦਾਰੀਆਂ ਦੇ ਲਾਲਚ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਬਾਹਰ ਨਿਕਲਿਆ। ਇਹਨਾਂ ਨੂੰ ਨਾ ਤਾਂ ਵਿਦੇਸ਼ਾਂ ਦੇ ਵਿੱਚ ਕੋਈ ਪੁੱਛਦਾ ਅਤੇ ਨਾ ਹੀ ਪੰਜਾਬ ਦੇ ਵਿੱਚ ਇਹਨਾਂ ਨੂੰ ਕਿਸੇ ਨੇ ਪੁੱਛਣਾ। ਇਲੈਕਸ਼ਨਾਂ ਦੇ ਵਿੱਚ ਇਹ 2-2, 4-4 ਹਜ਼ਾਰ ਵੋਟ ਤੋਂ ਵੱਧ ਨਹੀਂ ਜਾਣਗੇ ਕਿਸੇ ਵੀ ਪਾਰਲੀਮੈਂਟ ਹਲਕੇ ਦੇ ਵਿੱਚ। ਜਿਸ ਤਰ੍ਹਾਂ ਸੁਖਬੀਰ ਬਾਦਲ ਦਾ ਜਿਹੜਾ ਹੈ ਪ੍ਰਧਾਨਗੀ ਤੋਂ ਅਸਤੀਫਾ ਮਨਜ਼ੂਰ ਜਿਹੜਾ ਮੰਗਿਆ ਜਾ ਰਿਹਾ ਵੱਖ ਵੱਖ ਪਾਰਟੀਆਂ ਵੱਲੋਂ, ਅਕਾਲੀ ਦਲ ਵੀ ਜਿਹੜਾ ਦੋ ਫਾੜ ਹੁੰਦਾ ਨਜ਼ਰ ਆ ਰਿਹਾ, ਕਿ ਤੁਹਾਨੂੰ ਲੱਗਦਾ ਵੀ ਜਿਹੜਾ ਸੁਖਬੀਰ ਬਾਦਲ ਨੂੰ ਜਿਹੜਾ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ? ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਡੈਲੀਗੇਟ
ਵੱਲੋਂ ਚੁਣੇ ਹੋਏ ਪ੍ਰਧਾਨ ਹੈ, ਉਹਨਾਂ ਨੂੰ ਅਗਰ ਕੋਈ ਅਸਤੀਫਾ ਡੈਲੀਗੇਟ ਮਜੋਰਟੀ ਦੇ ਨਾਲ ਕਹਿਣ, ਉਹ ਤਾਂ ਕੋਈ ਤੁੱਕ ਬਣਦੀ ਆ। ਦੂਜੀਆਂ ਪਾਰਟੀਆਂ ਦੇ ਲੀਡਰ ਵਰਕਰ ਕਹਿਣ ਕਿ ਸੁਖਬੀਰ ਬਾਦਲ ਅਸਤੀਫਾ ਦੇਵੇ, ਜਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਕਾਰਾ ਹੋਏ ਲੋਕ ਆ ਉਹ ਕਹਿਣ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਸਤੀਫਾ ਦੇਣ, ਕੋਈ ਤੁੱਕ ਨਹੀਂ ਬਣਦੀ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਲੀਡ ਦੇ ਰਹੇ ਆ। ਉਹਨਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦੂਸਰੀ ਵਾਰ ਸਰਕਾਰ ਬਣਾਈ ਔਰ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਅਗਵਾਈ ਦੇ ਵਿੱਚ ਮਜ਼ਬੂਤ ਆ। ਮੈਂ ਕੱਲ੍ਹ ਉਹਨਾਂ ਨੂੰ ਗੜਸ਼ੰਕਰ ਮਿਲਿਆ, ਬਹੁਤ ਵੱਡਾ ਇਕੱਠ ਸੀ ਗੜਸ਼ੰਕਰ ਦੇ ਹਲਕੇ ਦੇ ਵਿੱਚ। ਸੁਖਬੀਰ ਸਿੰਘ ਬਾਦਲ ਨੇ ਲਗਭਗ 3 ਘੰਟੇ ਇਕੱਲੇ ਇਕੱਲੇ ਟੇਬਲ 'ਤੇ ਬੈਠ ਕੇ ਵਰਕਰਾਂ ਦੀਆਂ ਗੱਲਾਂ ਸੁਣੀਆਂ। ਮੈਂ ਉਹਨਾਂ ਦੇ ਕੰਮ ਕਰਨ ਦੇ ਢੰਗ ਤੋਂ ਬਹੁਤ ਖੁਸ਼ ਹੋਇਆ ਔਰ ਮੈਂ ਇਸ ਗੱਲ ਦਾ ਵੀ ਆਸ਼ਾਵਾਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵੇਲੇ ਅਗਰ ਕੋਈ ਸੁਚੱਜੇ ਢੰਗ ਦੇ ਨਾਲ ਲੀਡ ਕਰ ਸਕਦਾ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਹੀ ਟੀਮ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵੇਲੇ ਜੋ ਉਚਾਈ ਦੀਆਂ ਬੁਲੰਦੀਆਂ ਹਨ ਉਸ 'ਤੇ ਲਿਜਾ ਸਕਦੀ ਹੈ। ਕੀ ਸਮਝ ਆ ਤੁਹਾਡੇ ਵੱਲੋਂ ਕਿਹੜੇ ਕੀ ਰਣਨੀਤੀ ਅਪਣਾਈ ਜਾਊਗੀ ਬਾਹਰਲੇ ਕੰਟਰੀਆਂ ਦੇ ਵਿੱਚ, ਕਿਉਂਕਿ ਇਲੈਕਸ਼ਨ ਦੌਰ ਜਾਰੀ ਆ, ਕੀ ਕੁਛ ਕਰ ਰਹੇ ਹੋ ਤੁਸੀਂ? ਉਹ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਨੀਤੀ ਦੀ ਤੁਸੀਂ ਗੱਲ ਕਰਦੇ ਹੋ, ਬਾਹਰਲੇ ਮੁਲਕਾਂ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਆ ਇਹਦਾ ਅਸਰ ਬੜੀ ਛੇਤੀ ਲੋਕ ਕਬੂਲ ਕਰਦੇ ਆ। ਉਹ ਗਰਾਊਂਡ ਦੇ ਨਾਲ ਵੀ ਜੁੜੇ ਹੋਏ ਹੁੰਦੇ, ਜਿਵੇਂ ਪਿਛਲੇ ਕੋਈ 5 ਸਾਲ ਤੋਂ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਸ ਵੇਲੇ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਝੂਠ ਫਰੇਬ ਫੇਕ ਆਈਡੀਜ਼ ਬਣਾ ਕੇ ਪ੍ਰਚਾਰਿਆ ਗਿਆ, ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਵੀ ਬਹੁਤ ਕੁਝ ਬੋਲਿਆ ਗਿਆ। ਲੋਕਾਂ ਨੇ ਇਸ ਤਰ੍ਹਾਂ ਜਜ਼ਬਾਤੀ ਹੋ ਕੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਕਿ ਜਿਵੇਂ ਉਹ ਸਮਝਦੇ ਸੀ ਕਿ ਦਿੱਲੀ ਦੇ ਤਖ਼ਤ ਦੇ ਉੱਤੇ ਕੇਜਰੀਵਾਲ ਹੀ ਪ੍ਰਧਾਨ ਮੰਤਰੀ ਬਣ ਕੇ ਸੁਸ਼ੋਭਿਤ ਹੋਣਗੇ। ਲੇਕਿਨ ਜਦੋਂ ਉਹ ਨਹੀਂ ਹੋਇਆ, ਹੁਣ ਅਸੈਂਬਲੀ ਇਲੈਕਸ਼ਨ ਦੇ ਵਿੱਚ ਉਹਨਾਂ ਲੋਕਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਉੱਥੋਂ ਪੈਸੇ ਭੇਜ ਕੇ ਇਹਨਾਂ ਦੀ ਮਦਦ ਕੀਤੀ ਅਤੇ ਉਹੀ ਲੋਕ ਹੁਣ ਪਛਤਾਉਂਦੇ ਆ, ਆਪਣੇ ਆਪ ਨੂੰ ਲੁੱਟ ਹੋ ਗਏ ਸਮਝਦੇ ਆ ਔਰ ਉਹੀ ਲੋਕ ਹੁਣ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਤਾਂ ਦੂਜੀਆਂ ਪਾਰਟੀਆਂ ਨਾਲੋਂ ਵੀ ਛੇਤੀ